بسم الله الرحمن الرحيم. السلام عليكم. ਤੇ ਕੀ ਹਾਲ ਚਾਲ? ਅੱਲਾ ਪਾਕ ਦਾ ਲੱਖ ਲੱਖ ਕਰੋੜ ਦਫਾ ਸ਼ੁਕਰ ਅਦਾ ਕਰਦੇ ਅਸੀਂ ਸਭ ਵਧੀਆ ਵਾ। ਉਮੀਦ ਕਰਦੇ ਹਾਂ ਕਿ ਤੁਸੀਂ ਵੀ ਵਧੀਆ ਹੋਵੋਗੇ। ਅੱਲਾ ਤਾਲਾ ਸਭ ਨੂੰ ਖੈਰੋ ਖੈਰੀਅਤ ਨਾਲ ਰੱਖੇ, ਆਮੀਨ। ਤੇ ਅੱਜ ਦੇ ਵਲੋਗ ਦਾ ਆਗਾਜ਼ ਕਰਦੇ ਹਾਂ। ਅੱਜ ਅਸੀਂ ਬਣਾਉਣ ਲੱਗੇ ਹਾਂ ਪੇਠਾ। ਇਹਨੂੰ ਪੇਠਾ ਵੀ ਕਹਿੰਦੇ ਆ, ਇਹਨੂੰ ਹਲਵਾ ਕੱਦੂ ਵੀ ਕਹਿੰਦੇ ਆ। ਮੇਰੇ ਸਾਹਮਣੇ ਜਿਹੜਾ ਪਿਆ ਵਾ, ਤੁਸੀਂ ਇਹਦਾ ਹਲਵਾ ਵੀ ਖਾਧਾ, ਸਾਲਣ ਵੀ ਖਾਧਾ, ਲੇਕਿਨ ਅਸੀਂ ਇਹਦੇ ਬਣਾਵਾਂਗੇ ਕੋਫਤੇ। ਤੇ ਤੁਸੀਂ ਦੇਖਿਓ ਫਿਰ, ਇਹਨੂੰ ਪਹਿਲੇ ਆਪਾਂ ਹੁਣ ਛਿੱਲ ਲੈਨੇ ਆ। ਕੱਦੂਕਸ਼ ਕਰਨਾ ਵਾ, ਮੇਰੇ ਕੋਲ ਕੱਦੂਕਸ਼ ਪਿਆ ਵਾ, ਆਪਾਂ ਇਹਨੂੰ ਕੱਦੂਕਸ਼ ਕਰਾਂਗੇ ਧੋ ਸਵਾਰ ਕੇ। ਤੇ ਫਿਰ ਇਹਦਾ ਮੈਨੂ ਦੱਸਾਂਗੇ ਇਹਦੇ ਵਿੱਚ ਕੀ ਪਾਉਣਾ ਤੇ ਕਿੱਦਾਂ ਬਣਾਉਣੀ ਆ। ਆਪਾਂ ਇਹਨੂੰ ਸਾਰੇ ਨੂੰ ਕਰ ਲਿਆ ਕੱਦੂਕਸ਼, ਹੁਣ ਇਹਨੂੰ ਧੋ ਕੇ ਅੱਛੇ ਤਰੀਕੇ ਨਾਲ ਨਿਚੋੜ ਕੇ ਫਿਰ ਆਪਾਂ ਇਹਨੂੰ ਹਲਕਾ ਜਾਂ ਬਸ ਫਰਾਈ ਕਰਨਾ। ਪਾਣੀ ਦੇਖੋ ਉਹਦੇ ਵਿੱਚ ਕਿੰਨਾ ਨਿਕਲਿਆ। ਅਸੀਂ ਇੱਧਰ ਆਲੂ ਤੇ ਚਿਕਨ ਜਿਨ੍ਹਾਂ ਨੂੰ ਅਸੀਂ ਬੋਇਲ ਕਰਨਾ ਵਾ, ਆਹ ਦੇਖੋ ਆਪਾਂ ਧੋ ਕੇ ਰੱਖ ਦਿੱਤੇ ਆ। ਹੁਣ ਆਪਾਂ ਚਲਾ ਦਈਏ ਚੁੱਲ੍ਹਾ। ਚੱਲ ਗਿਆ ਚੁੱਲ੍ਹਾ, ਹੁਣ ਆਪਾਂ ਕੱਟ ਲਈਏ ਪਿਆਜ਼। ਇਹ ਪੇਠੇ ਦੇ ਕੋਫਤੇ ਅਸੀਂ ਇਸ ਕਰਕੇ ਬਣਾਉਣ ਲੱਗੇ, ਸਾਡੇ ਬੱਚੇ ਵੀ ਨੀ ਪੇਠਾ ਖਾਂਦੇ, ਕਹਿੰਦੇ ਮਿੱਠਾ ਮਿੱਠਾ ਹੁੰਦਾ। ਅੱਜ ਮੈਂ ਉਹਨਾਂ ਨੂੰ ਐਸੇ ਕੋਫਤੇ ਬਣਾ ਕੇ ਦੇਣੇ ਆ, ਉਹਨਾਂ ਨੇ ਕਹਿਣਾ ਵਾਕਈ ਮੰਮਾ ਜੀ ਇਹ ਕਿਹਦੀ ਚੀਜ਼ ਦੇ ਬਣਾਏ ਆ, ਇਹ ਕਿੱਦਾਂ ਬਣਾਏ ਆ, ਮੇਰੇ ਕੋਲ ਪੁੱਛਣਗੇ। ਬੜੇ ਹੀ ਟੇਸਟੀ ਬਣਦੇ ਆ। ਇੱਕ ਦਫਾ ਮੈਂ ਬਣਾਏ ਸੀਗੇ, ਕਾਫੀ ਦੇਰ ਹੋ ਗਈ ਉਦੋਂ ਬਣਾਏ ਸੀਗੇ, ਤੇ ਹੁਣ ਦੇਖਿਓ ਤੁਸੀਂ ਦੁਬਾਰਾ ਅਸੀਂ ਬਣਾਉਣੇ ਆ। ਬੜੇ ਟੇਸਟੀ ਤੇ ਮਜ਼ੇਦਾਰ ਬਣਨੇ, ਤੁਸੀਂ ਵੀ ਲਾਜ਼ਮੀ ਟਰਾਈ ਕਰਨਾ। ਆ ਲਸਣ ਆ, ਇਹਨੂੰ ਵੀ ਆਪਾਂ ਛਿੱਲਣੀ ਆ, ਨਾਲੇ ਗੱਲਾਂ ਕਰੀ ਜਾਂਦੇ ਆ, ਨਾਲੇ ਲਸਣ ਪਿਆਜ਼ ਬਣਾ ਲੈਂਦੇ ਆ। ਸਹੀ ਨੀ? ਮੇਰੀ ਨੰਦ ਦੇ ਮਾਸ਼ਾਅੱਲਾ ਬੇਟੀ ਹੋਈ ਆ, ਮੈਂ ਅੱਜ ਉਧਰ ਗਈ ਸੀਗੀ, ਮਾਸ਼ਾਅੱਲਾ ਇੰਨੀ ਪਿਆਰੀ ਬੇਟੀ ਆ ਦੀ, ਅੱਲਾਹ ਤਾਲਾ ਉਹਨੂੰ ਸਿਹਤ ਤੰਦਰੁਸਤੀ ਦੇਵੇ, ਬਹੁਤ ਪਿਆਰੀ ਬੇਟੀ ਆ। ਉਹ ਕਹਿੰਦੇ ਤੁਸੀਂ ਇੰਨੇ ਦਿਨ ਆਏ ਨੀ, ਮੈਂ ਕਿਹਾ ਖੁਦ ਤਬੀਅਤ ਨੀ ਸੀ ਠੀਕ ਇਸ ਕਰਕੇ ਨੀ ਆਏ, ਕਿਉਂਕਿ ਮਾਸ਼ਾਅੱਲਾ ਅੱਜ 7-8 ਦਿਨਾਂ ਦੀ ਹੋ ਗਈ ਤਾਂ ਉਦੋਂ ਗਏ ਅਸੀਂ। ਤੇ ਕਿਸੇ ਭੈਣ ਨੇ ਕਿਹਾ ਸੀਗਾ ਮੇਰੇ ਵਾਸਤੇ ਵੀ ਦੁਆ ਕਰੀਓ, ਮੈਨੂੰ ਉਹਦੇ ਨਾਮ ਦਾ ਨਹੀਂ ਪਤਾ, ਲੇਕਿਨ ਅਸੀਂ ਉਹਦੇ ਵਾਸਤੇ ਦੁਆ ਕਰਦੇ ਹਾਂ। ਅੱਲਾਹ ਤਾਲਾ ਨੂੰ ਹਰ ਖੁਸ਼ੀ ਦੇਖਣੀ ਨਸੀਬ ਫਰਮਾਵੇ, ਤੇ ਅੱਲਾਹ ਤਾਲਾ ਨੂੰ ਸਿਹਤ ਤੰਦਰੁਸਤੀ ਦੇਵੇ, ਤੇ ਅੱਲਾਹ ਪਾਕ ਉਹਦੀ ਹਰ ਦਿਲ ਦੀ ਨੇਕ ਦੁਆ ਨੂੰ ਕਬੂਲ ਫਰਮਾਵੇ, ਆਮੀਨ ਆਮੀਨ। ਆ ਪਿਆਜ਼ ਆਪਾਂ ਫਟਾਫਟ ਕੱਟ ਲਈਏ। ਮੈਂ ਕਿਹਾ ਤੁਸੀਂ ਕਦੀ ਜ਼ਿੰਦਗੀ ਚ ਪੇਠੇ ਦੇ ਕੋਫਤੇ ਨਹੀਂ ਖਾਧੇ ਹੋਣਗੇ, ਹੁਣ ਖਾਵੋਗੇ ਨਾ ਤੇ ਦੁਬਾਰਾ ਦੁਬਾਰਾ ਬਣਾਓਗੇ, ਤੁਸੀਂ ਕਹਿਣਾ ਇੰਨੇ ਮਜ਼ੇਦਾਰ ਇੰਨੇ ਟੇਸਟੀ। ਚਲੋ ਹੁਣ ਆਪਾਂ ਪਿਆਜ਼ ਕੱਟ ਲਿਆ ਵਾ, ਆਪਣਾ ਆ ਗਿਆ ਫਰਾਈ ਪੈਨ, ਇਹਦੇ ਵਿੱਚ ਘਿਓ ਬੜਾ ਲੱਗਣਾ ਵਾ ਆਪਣਾ, ਆਪਾਂ ਸਿਰਫ ਥੋੜਾ ਜਿਹਾ ਹੀ ਪਾਉਣਾ ਵਾ। ਚੁੱਲ੍ਹਾ ਚਲਾ ਲਿਆ ਵਾ, ਹੁਣ ਆਪਾਂ ਪਾ ਲਈਏ ਇਹਦੇ ਚ ਪਿਆਜ਼। ਹਲਕਾ ਜਾਂ ਬਸ ਫਰਾਈ ਕਰਨਾ। ਆ ਹਰੀਆਂ ਮਿਰਚਾਂ, ਇਹ ਵੀ ਆਪਾਂ ਨਾਲ ਹੀ ਫਰਾਈ ਕਰ ਲੈਣੀ। ਹੁਣ ਆਪਾਂ ਲਿਆਉਂਦੇ ਹਾਂ ਕੁੰਡੀ ਡੰਡਾ, ਆ ਸੋਟਾ, ਤੇ ਆ ਆਪਣੀ ਆ ਗਈ ਕੁੰਡੀ। ਆ ਆਪਣਾ ਪਿਆਜ਼ ਤੇ ਲਸਣ ਤੇ ਹਰੀ ਮਿਰਚ ਹੋ ਗਏ ਆ ਫਰਾਈ, ਤੇ ਆਪਾਂ ਇਹਨਾਂ ਨੂੰ ਕੁੱਟਣਾ ਵਾ। ਇਹਨੂੰ ਕੱਢ ਲਈਏ ਕੁੰਡੀ ਚ। ਹੁਣ ਆਪਾਂ ਕਰ ਲਈਏ ਇਹਦੇ ਵਿੱਚ ਪੇਠੇ ਦਾ ਪਾਣੀ ਖੁਸ਼ਕ। ਆ ਦੇਖੋ ਬਸ ਥੋੜਾ ਜਿਹਾ ਓਇਲ ਲਾ ਤਾ, ਤੇ ਹੁਣ ਆਪਾਂ ਇਹਦਾ ਕਰ ਲਈਏ ਪਾਣੀ ਡਰਾਈ। ਤੁਸੀਂ ਕਹਿੰਦੇ ਹੋਵੋਗੇ ਕੱਦੂ ਦੇ ਕੋਫਤੇ ਖਾਧੇ ਆ, ਹੈ ਕੀਮੇ ਦੇ ਕੋਫਤੇ ਖਾਧੇ ਆ, ਦਾਲ ਦੇ ਕੋਫਤੇ ਖਾਧੇ ਆ, ਆ ਪੇਠੇ ਦੇ ਕਿੱਥੋਂ ਹੀ ਨਵੇਂ ਕੋਫਤੇ ਹੋ ਗਏ, ਤੇ ਅੱਜ ਅਸੀਂ ਤੁਹਾਨੂੰ ਖਿਲਾਣ ਲੱਗਿਆ ਫਿਰ ਪੇਠੇ ਦੇ ਕੋਫਤੇ। ਹੈਗੀ ਆ ਨਾ ਅਜੀਬ ਗੱਲ,
ਤੇ ਤੁਸੀਂ ਜਦੋਂ ਖਾਣੇ ਆ ਨਾ ਤੇ ਤੁਸੀਂ ਕਹਿਣਾ ਹਾਏ ਹੋਏ ਇੰਨੇ ਮਜ਼ੇਦਾਰ। ਤੁਹਾਨੂੰ ਪਤਾ ਕਿਸੇ ਨੇ YouTube ਤੇ ਨਹੀਂ ਬਣਾਏ ਇਹ, ਕਿਸੇ ਨੇ ਵੀ YouTube ਤੇ ਨਹੀਂ ਬਣਾਏ, ਅਸੀਂ ਬਣਾਉਣ ਲੱਗੇ ਹਾਂ ਤੇ ਤੁਸੀਂ ਲਾਜ਼ਮੀ ਟਰਾਈ ਕਰਨਾ ਵਾ। ਤੇ ਜਿੱਦਾਂ ਜਿੱਦਾਂ ਮੈਂ ਬਣਾਉਣ ਲੱਗੀ ਹਾਂ ਇੱਦਾਂ ਇੱਦਾਂ ਹੀ ਪੂਰੀ ਵੀਡੀਓ ਦੇਖੀ ਤੇ ਇੱਦਾਂ ਹੀ ਬਣਾਈਓ ਤੇ ਮਜ਼ਾ ਆ ਜਾਊਗਾ ਤੁਹਾਨੂੰ ਖਾਣ ਦਾ। ਤੁਸੀਂ ਆ ਪੇਠੇ ਦੇ ਕੋਫਤਿਆਂ ਦੀ ਵੀਡੀਓ ਵੀ ਸ਼ੇਅਰ ਲਾਜ਼ਮੀ ਕਰਨੀ ਆ, ਤੇ ਨਵੇਂ ਆਉਣ ਵਾਲਿਆਂ ਨੂੰ ਕਹਿੰਦੇ ਲਾਜ਼ਮੀ ਸਬਸਕ੍ਰਾਈਬ ਕਰ ਦਿਆ ਕਰੋ ਤੇ ਬੈਲ ਆਈਕਨ ਦਾ ਬਟਨ ਦਬਾਣਾ ਨਾ ਭੁੱਲਿਆ ਕਰੋ, ਫੇਰ ਹੀ ਤੁਹਾਡੇ ਕੋਲ ਸਾਡੀ ਵੀਡੀਓ ਆਇਆ ਕਰੂਗੀ। ਹੁਣ ਆਪਾਂ ਇਹਨੂੰ ਕੁੱਟ ਲਈਏ। ਮਸਾਲੇ ਮਸੂਲੇ ਪਾ ਆਪਾਂ ਇਹਦੇ ਵਿੱਚ ਪਾ ਲਈਏ ਨਾ ਆਪਣਾ ਸਾਰਾ ਸਮਾਨ। ਆ ਪਾ ਲਿਆ ਆਪਾਂ ਜ਼ੀਰਾ, ਆ ਕਾਲੀ ਮਿਰਚ, ਦੜਾ ਮਿਰਚ ਪਾ ਲਈਏ, ਇਹ ਅੱਧੀ ਚਮਚੀ ਆਪਾਂ ਪਾ ਲਈਏ, ਅੱਧੀ ਚਮਚ ਮਸਾਲੇ ਦੀ ਪਾ ਲਈ। ਆ ਨਮਕ, ਨਮਕ ਪਾਣਾ ਤੁਸੀਂ ਹਸਬੇ ਜ਼ਾਇਕਾ ਹੀ, ਕੋਈ ਕੰਮ ਖਾਂਦਾ ਕੋਈ ਤੇਲ ਖਾਂਦਾ, ਤੁਸੀਂ ਹਸਬੇ ਜ਼ਾਇਕਾ ਹੀ ਪਾਈਓ ਜਿੰਨਾ ਤੁਹਾਨੂੰ ਸਹੀ ਲੱਗਦਾ। ਹੁਣ ਆਪਾਂ ਇਹਨੂੰ ਕੁੱਟ ਲਈਏ। ਨਾ 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 ਬਸ ਮੈਂ ਨੇ ਡਾਲ ਲਈ ਹੈ, ਹੋਰ ਨੀ ਡਾਲਨੀ, ਹੋਰ ਨੀ ਪਾਣੀ। ਜੰਨਤ ਪਿੱਛੇ ਹੋ ਜਾ, ਪਿੱਛੇ ਹੋ ਜਾ, ਨਾ ਅੱਖਾਂ ਚ ਪੈ ਜੂਗੀ ਤੇਰੀਆਂ ਚ। ਜੰਨਤ ਆਪ ਉਠੋ, ਓਹੋ ਵਾਹ ਜੀ ਵਾਹ ਜੰਨਤ ਸਾਹਿਬ, ਵੇਖੋ ਕੀ ਕਰਦੀ ਆ, ਅੱਜ ਧੀ ਵੀ ਤੇ ਮਾਂ ਵੀ ਦੋਨੇ ਜਣੀਆਂ ਕੰਮ ਕਰਨ ਦਈਆਂ ਵਾ। ਨੀ ਮੈਂ ਸਦਕੇ ਜਾਵਾਂ, ਨੀ ਮੈਂ ਆਪਣੀ ਧੀ ਤੇ ਵਾਰੀ ਜਾਵਾਂ। ਆ ਵੇਖੋ ਆਪਾਂ ਕੁੱਟ ਲਿਆ ਮਸਾਲਾ, ਇੱਧਰ ਆਪਣੇ ਆਲੂ ਤੇ ਚਿਕਨ ਵੀ ਬੋਇਲ ਹੋ ਗਿਆ, ਮੈਨੂੰ ਉਤਾਰ ਲਈਏ। ਇੱਧਰ ਇਹਦਾ ਕੱਦੂ ਦਾ ਪਾਣੀ ਵੀ ਖੁਸ਼ਕ ਹੋਣ ਦਿਆ ਪੇਠੇ ਦਾ। ਆਪਾਂ ਥੋੜਾ ਜਿਹਾ ਬੇਸਨ ਵੀ ਪਾਉਣਾ, ਉਹਨੂੰ ਭੁੰਨ ਲਈਏ ਬੇਸਨ ਨੂੰ। ਆ ਆਪਾਂ ਬੇਸਨ ਪਾ ਲੈਂਦੇ ਇਹਦੇ ਚ, ਕੋਫਤਿਆਂ ਚ ਆਪਾਂ ਬੇਸਨ ਪਾਉਣਾ ਵਾ ਵੀ ਭੁੰਨ ਕੇ, ਫਿਰ ਇਹਦਾ ਨਾ ਜ਼ਾਇਕਾ ਬੜਾ ਮਜ਼ੇਦਾਰ ਬਣੂਗਾ। ਜੰਨਤ ਕੰਮ ਨੀ ਕਰਵਾਉਣਾ, ਆਏ ਖੁਸ਼ਬੂ ਕਿੰਨੀ ਮਜ਼ੇਦਾਰ ਆਉਣ ਡਈ ਆ, ਬੇਸਨ ਦੀ ਭੁੰਨਣ ਡਈ ਆ ਨਾ ਬੇਸਨ, ਇੰਨੀ ਮਜ਼ੇਦਾਰ ਖੁਸ਼ਬੂ ਆਉਣ ਡਈ ਆ। ਸਰਦੀਆਂ ਨੂੰ ਆਪਾਂ ਬੇਸਨ ਵਾਲਾ ਹਲਵਾ ਵੀ ਬਣਾਵਾਂਗੇ, ਥੋੜਾ ਮੌਸਮ ਬਦਲ ਜਵੇ ਨਾ। ਹਾਂਜੀ ਜੰਨਤ, ਅਭੀ ਤੋ ਤੂੰ ਕੁਲਫੀ ਖਾਈ ਹੈ, ਹੈਂ ਬੇਸਨ ਆਪਣਾ ਭੁੱਜ ਗਿਆ ਵਾ। ਮੈਂ ਕਿਹਾ ਸੀ ਚਾਰ ਹੀ ਬੋਟੀਆਂ ਪਾਉਣ ਲੱਗੇ ਆ, ਤੁਸੀਂ ਵੀ ਚਾਰ ਹੀ ਪਾ ਲਿਓ, ਵੱਧ ਨਾ ਲੈ ਕੇ ਆਇਓ, ਕਿਉਂਕਿ ਤੁਸੀਂ ਜਿੰਨਾ ਮਰਜ਼ੀ ਪਾਈਓ ਅਸੀਂ ਤੇ ਚਾਰ ਹੀ ਬੋਟੀਆਂ ਪਾਉਣ ਲੱਗੇ ਆ, ਮਜ਼ਾਕ ਕਰਨ ਦੇ ਆ। ਤੁਸੀਂ ਭਾਵੇਂ ਅੱਧਾ ਕਿਲੋ ਪਾ ਲਓ, ਉਹ ਤੁਹਾਡੀ ਆਪਣੀ ਮਰਜ਼ੀ ਆ, ਲੇਕਿਨ ਅਸੀਂ ਤਾਂ ਫਿਲਹਾਲ ਚਾਰ ਹੀ ਬੋਟੀਆਂ ਦੇਖੋ ਪਾਣੀਆਂ। ਆਲੂ ਛੇ ਚਿਕਨ ਛੇੜਦੀ, ਆਲੂ ਤੇ ਚਾਰ ਬੋਟੀਆਂ ਆਪਾਂ ਪਾ ਲਈਆਂ ਵਾ, ਇਹਨਾਂ ਨੂੰ ਆਪਾਂ ਕੁੱਟ ਲਈਏ। ਅੱਜ ਨਾ ਤੁਸੀਂ ਉਂਗਲੀਆਂ ਚਟਣੀਆਂ ਜਿੱਦਾਂ ਦੇ ਮੈਂ ਕੋਫਤੇ ਬਣਾਉਣ ਲੱਗੀ ਆ, ਬੜੇ ਮਜ਼ੇਦਾਰ ਬਣਾਉਣ ਲੱਗੀ ਆ, ਵੇਖੀ ਜਾਓ ਪੂਰੀ ਵੀਡੀਓ ਵੇਖਿਓ ਵੀ ਕੀ ਅਸੀਂ ਕਰਨ ਦੇ ਆ। ਆਹ ਦੇਖੋ ਆਪਾਂ ਇਹਦਾ ਪਾਣੀ ਖੁਸ਼ਕ ਕਰ ਲਿਆ ਵਾ, ਆਪਾਂ ਇਹਨੂੰ ਪਾਉਂਦੇ ਹਾਂ ਕੁੰਡੀ ਚ, ਪਾਣਾ ਇੱਦਾਂ ਹੀ ਸਾਰਾ ਮਸਾਲਾ ਮਿਕਸ ਕਰ ਲੈਣਾ। ਹੁਣ ਜਿਸ ਤਰ੍ਹਾਂ ਮੈਂ ਕਰਨ ਦੇ ਆ, ਇੱਦਾਂ ਨਾ ਘੋਟ ਘੋਟ ਕੇ ਸਾਰਾ ਮਸਾਲਾ ਮਿਕਸ ਹੋ ਜਾਣਾ ਨਾ, ਸਮਝੋ ਤਿਆਰ। ਆਹ ਹੋ ਗਿਆ ਆਪਣਾ ਮਸਾਲਾ ਤਿਆਰ, ਹੁਣ ਇਹਨੂੰ ਆਪਾਂ ਠੰਡਾ ਕਰਨਾ ਕਿਉਂਕਿ ਇਹ ਗਰਮ ਆਣਾ, ਇਹਨੂੰ ਥੋੜਾ ਹੁਣ ਠੰਡਾ ਕਰ ਲੈਣੇ, ਫੇਰ ਆਪਾਂ ਬਣਾਵਾਂਗੇ ਇਹਦੇ ਕੋਫਤੇ। ਆ ਬੇਸਨ ਜਿਹੜਾ ਭੁੰਨਿਆ ਵਾ ਇਹਦੇ ਵਿੱਚ ਪਾਵਾਂਗੇ,
ਉਹਨੇ ਅੱਜ ਕੱਲ ਆਪਣਾ ਉਹ ਠੰਡਾ ਹੁੰਦਾ ਵਾ ਨਾ, ਤੇ ਆਪਾਂ ਇਹਦੇ ਵਿੱਚ ਮਸਾਲਾ ਭੁੰਨ ਲਈਏ ਜਿਹਦੇ ਵਿੱਚ ਆਪਾਂ ਕੋਫਤੇ ਪਾਉਣੇ, ਫਿਰ ਆਪਾਂ ਕੋਫਤੇ ਬਣਾ ਲਾਂਗੇ, ਕਿਉਂਕਿ ਤੁਹਾਨੂੰ ਪਤਾ ਟਾਈਮ ਵੀ ਫਿਰ ਘੱਟ ਹੁੰਦਾ ਵਾ। ਆਪਾਂ ਇਹਦੇ ਵਿੱਚ ਪਾ ਲਈਏ ਆਇਲ, ਇਹਦੇ ਵਿੱਚ ਪਾ ਲਈਏ ਆਪਾਂ ਪਿਆਜ਼, ਇਹਨੂੰ ਕਰੀਏ ਹੁਣ ਆਪਾਂ ਬਣਾਉਣ। ਆ ਸਾਰਾ ਮਸਾਲਾ ਆਪਾਂ ਇੱਚ ਕੱਢ ਦਿੰਦੇ ਹਾਂ, ਪੂੰਡੀ ਆਪਾਂ ਨੂੰ ਚਾਹੀਦੀ ਹੈ ਜਰਾ। ਆ ਧਨੀਆ ਸੀਗਾ ਆਪਾਂ ਜਿਹੜਾ ਪਾਉਣਾ, ਖੈਰ ਇਹਦਾ ਪਾਣੀ ਵੀ ਥੋੜਾ ਜਿੰਨਾ ਆਪਾਂ ਧਨੀਆ ਵੀ ਪਾ ਲਈਏ। ਆ ਲਸਣ ਕੁੱਟ ਲਈਏ, ਆ ਟਮਾਟਰ ਕੁੱਟ ਲਈਏ, ਪਿਆਜ਼ ਵੀ ਹਿਲਾ ਲਈਏ। ਪਿਆਜ਼ ਕਹੂਗਾ ਮੇਰੀ ਬਾਤ ਹੀ ਨਹੀਂ ਪੁੱਛੀ ਰੱਖ ਕੇ, ਤੇ ਉਹਨੂੰ ਵੀ ਹਿਲਾਉਣਾ ਪੈਂਦਾ ਹੀ ਆ। ਹੁਣ ਆਪਾਂ ਲਸਣ ਤੇ ਟਮਾਟਰ ਪਾ ਦਈਏ, ਥੋੜੀ ਜਿੰਨੀ ਆਪਾਂ ਸੁਰਖ ਮਿਰਚ ਪਾ ਦਈਏ, ਚ ਹਲਦੀ ਪਾ ਦਈਏ, ਜੀਰਾ ਪਾ ਦਈਏ, ਆ ਪਾਣੀ ਪਾ ਦਈਏ, ਥੋੜਾ ਜਿਹਾ ਛੱਟਾ ਲਾ ਦਈਏ। ਇਹਦੇ ਵਿੱਚ ਆਪਾਂ ਜਿਹੜਾ ਭੁੰਨਿਆ ਬੇਸਣ ਨਹੀਂ ਉਹ ਪਾ ਦਈਏ। ਹੁਣ ਆਪਾਂ ਇਹਨੂੰ ਮਿਕਸ ਕਰੀਏ। ਆਪਾਂ ਨਮਾਜ਼ ਪੜ੍ਹ ਲਈ ਆ, ਤੇ ਹੁਣ ਆਪਾਂ ਫੇਰ ਚੁੱਲ੍ਹਾ ਚਲਾ ਦਿੱਤਾ ਵਾ, ਤੇ ਹੁਣ ਆਪਾਂ ਇਹਦੇ ਵਿੱਚ ਪਾਉਂਦੇ ਹਾਂ ਦਹੀਂ। ਆ ਦਹੀਂ ਆਪਾਂ ਪਾ ਲਈ ਆ, ਤੇ ਹੁਣ ਆਪਾਂ ਇੱਧਰ ਰੱਖਦੇ ਹਾਂ ਕੜਾਹੀ ਵੀ ਆ, ਥੋੜੀ ਜਿਹੀ ਗਰਮ ਹੁੰਦੀ ਆ, ਫਿਰ ਆਪਾਂ ਇਹਦੇ ਵਿੱਚ ਆਇਲ ਪਾਉਂਦੇ ਹਾਂ, ਤੇ ਉਹਨਾਂ ਚਿਕਰ ਆਪਾਂ ਕੋਫਤੇ ਬਣਾਉਂਦੇ ਹਾਂ। ਇੱਥੇ ਰੱਖੀ ਸੀ ਮੈਂ ਥਾਲੀ, ਤੇ ਬਣਾ ਕੇ ਦੇਖਦੇ ਹਾਂ, ਕਿਉਂਕਿ ਥੋੜ੍ਹਾ ਜਿੰਨਾ ਪਤਲਾ ਸੀ ਉਹ। ਹੱਥਾਂ ਲਾ ਲਿਆ ਵਾ ਆਪਾਂ ਆਇਲ, ਬਿਸਮਿਲ੍ਲਾ ਰਹਿਮਾਨ ਰਹੀਮ, ਤੇ ਪੜ੍ਹ ਕੇ ਆਪਾਂ ਬਣਾ ਲਏ ਅੱਡੇ ਅੱਡੇ ਬਣਾਉਣੇ ਆਪਾਂ ਕੋਫਤੇ। ਅੱਲਾ ਦੀਆਂ ਸੱਤੇ ਹੀ ਖੈਰਾਂ, ਦੁਆ ਕਰੋ ਆਪਣੇ ਅਲਹਮਦੁਲਿਲਾ ਸਹੀ ਸਹੀ ਕੋਫਤੇ ਬਣਨ। ਇਹਦੇ ਵਿੱਚ ਆਪਾਂ ਆਇਲ ਪਾ ਦਈਏ ਆਪਣੀ ਕੜਾਹੀ ਦੇ ਵਿੱਚ, ਹਾਂਜੀ ਆ ਕੜਾਹੀ 'ਚ ਪਾ ਦਈਏ ਆਪਾਂ ਆਇਲ ਕੋਫਤੇ ਫਰਾਈ ਕਰਨ ਵਾਸਤੇ, ਤੇ ਆ ਬਣਾ ਲਈਏ ਆਪਾਂ ਕੋਫਤੇ। ਹੁਣ ਵੇਖੀ ਜਾਈਓ ਮੇਰੇ ਕੰਮ ਵੱਲ ਤੁਸੀਂ, ਘਿਓ ਆਪਣਾ ਚੰਗੀ ਤਰ੍ਹਾਂ ਗਰਮ ਹੋ ਜਾਵੇ। ਕੱਲ੍ਹ ਜਦੋਂ ਟਿੱਕੀਆਂ ਬਣਾਉਣ ਲੱਗੀ ਸੀ ਨਾ, ਕੱਲ੍ਹ ਵਾਲੀ ਵੀਡੀਓ 'ਚ ਘਿਓ ਚੰਗੀ ਤਰ੍ਹਾਂ ਗਰਮ ਨਹੀਂ ਸੀ ਹੋਇਆ। ਹੁਣ ਬਣਾ ਰਹੇ ਹਾਂ, ਚਲੀ ਘਿਓ ਵੀ ਗਰਮ ਹੋ ਗਿਆ, ਥੋੜ੍ਹਾ ਜਿੰਨਾ ਆਪਾਂ ਦੇਖਦੇ ਹਾਂ ਪਾ ਕੇ ਕਿ ਆਪਣਾ ਘਿਓ ਗਰਮ ਹੋ ਗਿਆ। ਘਿਓ ਲੱਗਦਾ ਵਾ ਆਪਣਾ ਗਰਮ ਹੋ ਗਿਆ, ਜਿਹੜਾ ਪਟਾਕੇ ਮਾਰਨ ਦਿਆ, ਪਟਾਕੇ ਵੱਜਣ ਦੇ ਹਨ। ਮੈਂ ਤੁਹਾਨੂੰ ਇੱਕ ਗੱਲ ਸੁਣਾਵਾਂ, ਅਸੀਂ ਗਏ ਸੁਬਾ, ਜਦੋਂ ਮੈਂ ਗਈ ਆਪਣੀ ਨਣਦ ਦਾ ਪਤਾ ਲੈਣ ਗਈ ਸੀਗੀ, ਆਏ ਨੀ ਮੈਂ ਮੋਟਰਸਾਈਕਲ ਤੇ ਬੈਠੀ, ਲੋਕ ਨਾ ਮੈਨੂੰ ਇੰਜਣ ਇਸ਼ਾਰੇ ਕਰੀ ਜਾਣ, ਇੰਜਣ ਇਸ਼ਾਰੇ ਕਰੀ ਜਾਣ, ਲੰਘਦੇ ਲੰਘਦੇ, ਤੇ ਮੈਂ ਕਹੀ ਜਾਂਦੀ ਹਾਂ ਵੇਖ ਤੇ ਕਿੱਦਾਂ ਇਸ਼ਾਰੇ ਕਰਦੇ ਆ, ਮੈਂ ਕਿਹਾ ਦਫਾ ਹੁਣ ਵੇਖ ਕਿੱਦਾਂ ਇਸ਼ਾਰੇ ਹੀ ਕਰੀ ਜਾਂਦੇ ਆ। ਅੱਛਾ ਜੀ, ਮੈਂ ਇੱਦਾਂ ਹੀ ਕਾਫੀ ਮੈਨੂੰ ਮਤਲਬ ਲੋਕਾਂ ਨੇ ਕੀਤੇ ਇਸ਼ਾਰੇ, ਏਦਾਂ ਏਦਾਂ ਹੀ ਕਰੀ ਜਾਣ, ਏਦਾਂ 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 ਏਦਾਂ, ਤੇ ਮੈਂ ਗੌਰ ਹੀ ਨਾ ਕੀਤੀ, ਤੇ ਜਦੋਂ ਆਇਆ ਨਾ ਮੇਰਾ ਦੁਪੱਟਾ ਮੇਰਾ ਕੁੱਟਿਆ ਗਿਆ ਗਲਾ, ਆਏ ਹੋਏ ਮੇਰੇ ਰੱਬਾ, ਤੁਸੀਂ ਕੁਛ ਨਾ ਪੁੱਛੋ ਉਦੋਂ ਮੇਰਾ ਹਾਲ।
ਫਿਰ ਮੈਂ ਕਿਹਾ ਹਾਂ ਮੈਂ ਉਦੋਂ ਅਕਲ ਕੀਤੀ ਕਿ ਲੋਕ ਮੈਨੂੰ ਇਸ਼ਾਰੇ ਕਰਦੇ ਜੀ ਆਪਣਾ ਦੁਪੱਟਾ ਚੁੱਕ ਲਾ, ਤੇ ਮੈਂ ਕਹੀ ਜਾਂਦੀ ਏਦਾਂ ਹੀ ਕਰਦੇ ਆ ਦਫਾ ਹੁਣ ਕਰੀ ਜਾਣ, ਤੇ ਮੈਨੂੰ ਉਦੋਂ ਪਤਾ ਚੱਲਿਆ ਕਿ ਲੋਕ ਇਸ਼ਾਰੇ ਕਰਦੇ ਤੇ ਆਪਣਾ ਦੁਪੱਟਾ ਚੁੱਕ ਲਿਆ ਜਦੋਂ ਗਲਾ ਘੁੱਟਿਆ ਗਿਆ। ਹਾਏ ਨੀ ਜੇ ਮੈਂ ਦੇਖਦੀ ਨਾ, ਮੈਂ ਕਿਹਾ ਵੇ ਜ਼ੁਬਾਨਿਆ ਵੇ ਜ਼ੁਬਾਨਿਆ ਗੱਡੀ ਰੋਕ ਗੱਡੀ ਰੋਕ। ਹਾਏ ਮੈਂ ਕਿਹਾ ਜੇ ਮੈਂ ਥੋੜੀ ਦੇਰ ਨਾ ਪਤਾ ਚੱਲਦਾ ਤੁਹਾਡੀ ਆਪੀ ਨੇ ਅੱਜ ਨਹੀਂ ਸੀ ਹੋਣਾ, ਫਿਰ ਤੁਸੀਂ ਮੇਰੀ ਮਰੀ ਹੋਈ ਦਾ ਵਲੋਗ ਦੇਖਣਾ ਸੀ ਬਣਾ ਆਪਾਂ ਫਿਰ ਵੀ ਲੈਣਾ ਸੀ। ਹਾਏ ਤੁਸੀਂ ਕਹਿਣਾ ਸੀ ਸਾਡੀ ਆਪੀ ਗਈ। ਅੱਲਾ ਮਾਫੀ ਦੇਵੇ, ਅੱਲਾ ਤਾਲਾ ਸਿਹਤ ਤੰਦਰੁਸਤੀ ਦੇਵੇ ਤੁਹਾਨੂੰ ਵੀ ਸਾਨੂੰ ਵੀ ਸਭ ਨੂੰ ਹੀ। ਤੇ ਹੁਣ ਆਪਾਂ ਪਾਉਂਦੇ ਹਾਂ ਕੋਫਤੇ, ਬਿਸਮਿਲ੍ਲਾ। ਇੱਧਰ ਮਸਾਲਾ ਵੀ ਆਪਣਾ ਮਾਸ਼ਾਅੱਲਾ ਕਰ ਲਓ, ਕਿੰਨੀ ਅੱਛੀ ਖੁਸ਼ਬੂ ਆ ਰਹੀ ਹੈ ਬਈ। ਫਿਰ ਮੈਂ ਕਿਹਾ ਤੁਸੀਂ ਕੁਛ ਨਾ ਪੁੱਛੋ ਕੀ ਹੋਇਆ, ਫਿਰ ਦੁਪੱਟਾ ਜੀ ਖਿੱਚ ਖਿੱਚ ਕੱਢਿਆ ਚੱਕੇ ਚ ਜੋ ਫਸ ਗਿਆ। ਸ਼ੁਕਰ ਕਰ ਮੈਂ ਬਚ ਗਈ ਦੁਪੱਟੇ ਦੇ ਤਾਂ ਬਖੈਰ, ਆ ਦੁਪੱਟਾ ਤਾਂ ਨਵਾਂ ਵੀ ਆ ਜਾਣਾ ਸੀ, ਤੁਹਾਡੀ ਆਪੀ ਨੇ ਨਹੀਂ ਸੀ ਆਉਣਾ ਨਵੀਂ ਕਿ ਉਹ ਵੀ ਆ ਜਾਣੀ ਸੀ, ਉਹ ਨਹੀਂ ਸੀ ਆਉਣੀ। ਮੈਂ ਬਹੁਤ ਸੱਚੀ ਉਦੋਂ ਦੀ ਨਾ ਜ਼ਰਾ ਮੈਂ ਹੁਣ ਕਿਹਾ ਦੁਪੱਟਾ ਚੁੱਕ ਕੇ ਚੰਗੀ ਤਰ੍ਹਾਂ ਝੋਲੀ ਚ ਰੱਖ ਕੇ ਫੇਰ ਬੈਠਿਆ ਕਰਨਾ ਗੱਡੀ ਤੇ। ਤੁਸੀਂ ਵੀ ਇਹਤਿਆਤ ਕਰਿਆ ਕਰੋ, ਜਦੋਂ ਵੀ ਗੱਡੀ ਤੇ ਬਹਿਣ ਲੱਗੋ ਨਾ ਤੇ ਦੁਪੱਟੇ ਨੂੰ ਨਾ ਚੁੱਕ ਕੇ ਝੋਲੀ ਚ ਰੱਖ ਕੇ ਬੈਠਿਆ ਕਰੋ, ਸਹੀ ਹੈ ਨਾ, ਓਦਾਂ ਨਹੀਂ ਬਹਿਣਾ। ਮੈਂ ਕਿਹਾ ਹੋਰ ਮੇਰਾ ਇੱਕ ਸਬਸਕ੍ਰਾਈਬਰ ਹੀ ਘਟਿਆ ਹੋਵੇ, ਇਹਤਿਆਤ ਬਹੁਤ ਜ਼ਰੂਰੀ ਆ। ਰਿਸ਼ਤੇਦਾਰ ਨਹੀਂ ਬੁਲਾਉਂਦੇ, ਕਿਸੇ ਨੇ ਮੈਨੂੰ ਗੱਲ ਸੁਣਾਈ ਕਹਿੰਦਾ ਰਿਸ਼ਤੇਦਾਰ ਬੁਲਾਉਂਦੇ ਨਹੀਂ ਹੈਗੇ, ਰਿਸ਼ਤੇਦਾਰ ਕੋਲੋਂ ਹੋ ਕੇ ਮੁੜ ਜਾਂਦੇ ਆ। ਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਜਦੋਂ ਬੰਦੇ ਦੇ ਹਾਲਾਤ ਨਾ ਸਹੀ ਹੋਣ ਤੇ ਰਿਸ਼ਤੇਦਾਰ ਵੀ ਨਹੀਂ ਸਾਥ ਦਿੰਦੇ, ਜਦੋਂ ਬੰਦੇ ਦੇ ਹਾਲਾਤ ਸੈੱਟ ਹੋਈ ਹੈ ਨਾ ਬੰਦੇ ਕੋਲ ਅੱਲਾ ਦਾ ਦਿੱਤਾ ਸਾਰਾ ਕੁਛ ਆ ਜਾਵੇ ਤੇ ਉਦੋਂ ਰਿਸ਼ਤੇਦਾਰ ਵੀ ਨਾਲ ਜੁੜ ਜਾਂਦੇ ਆ, ਤੇ ਕੋਈ ਟੈਨਸ਼ਨ ਨਾ ਲਵੋ, ਜਦੋਂ ਪੈਸਾ ਆਜੂਗਾ ਨੀ ਰਿਸ਼ਤੇਦਾਰ ਖੁਦ ਬੋ ਖੁਦ ਹੀ ਤੁਹਾਡੇ ਨਾਲ ਜੁੜ ਜਾਣਗੇ, ਤੇ ਇਹ ਸਹੀ ਬਾਤ ਆ। ਮੈਂ ਉਹਨੂੰ ਕਿਹਾ ਟੈਨਸ਼ਨ ਨਾ ਲੈ ਰਿਸ਼ਤੇਦਾਰਾਂ ਨੂੰ ਤੂੰ ਕੀ ਕਰਨਾ, ਉਹ ਮੈਨੂੰ ਕਹਿੰਦੀ ਮੇਰੇ ਰਿਸ਼ਤੇਦਾਰ ਮੈਨੂੰ ਬੁਲਾਉਂਦੇ ਨੀ। ਤੇ ਮੈਂ ਉਹਨੂੰ ਕਿਹਾ ਰਿਸ਼ਤੇਦਾਰਾਂ ਵੱਲ ਨਾ ਦੇਖ ਆਪਣੇ ਹਾਲਾਤਾਂ ਵੱਲ ਦੇਖ, ਜਦੋਂ ਤੇਰੇ ਕੋਲ ਪੈਸੇ ਤੇ ਤੇਰਾ ਹਾਲਾਤ ਸਹੀ ਹੋ ਜਾਣਗੇ ਨਾ ਰਿਸ਼ਤੇਦਾਰ ਖੁਦ ਬੋ ਖੁਦ ਹੀ ਤੇਰੇ ਨਾਲ ਜੁੜ ਜਾਣਗੇ, ਤੈਨੂੰ ਮਨਾਉਣ ਦੀ ਕੋਈ ਲੋੜ ਨਹੀਂ ਫਿਰ। ਤੇ ਐਵੀਂ ਹੁਣ ਮਨਾਉਣ ਦੀਆਂ ਕੋਸ਼ਿਸ਼ਾਂ ਨਾ ਕਰ, ਕਿਉਂਕਿ ਹੁਣ ਤੇਰੇ ਪੱਲੇ ਕੁਛ ਵੀ ਨਹੀਂ, ਜਿੰਨਾ ਮਰਜ਼ੀ ਮਨਾਈ ਜਾਊਗੀ ਉਹਨਾਂ ਨੇ ਨਹੀਂ ਮੰਨਣਾ, ਜਦੋਂ ਤੇਰੇ ਕੋਲ ਸਾਰਾ ਕੁਛ ਆ ਗਿਆ ਉਹਨਾਂ ਨੇ ਖੁਦ ਬੋ ਖੁਦ ਹੀ ਮੰਨ ਜਾਣਾ, ਤੇਰਾ ਘਰ ਵੀ ਦਿਖ ਪੈਣਾ, ਤੇ ਹੁਣ ਬੇਸ਼ੱਕ ਤੇਰੇ ਕੋਲੋਂ ਹੋ ਕੇ ਮੁੜੀ ਜਾਣ। ਹੁਣ ਆਪਾਂ ਦੇਖ ਲਈਏ ਇਹਨਾਂ ਦੀਆਂ ਸੈੜਾਂ ਬਦਲਾ ਲਈਏ। ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਲਈਏ ਨਾਲ ਦੀ ਨਾਲ, ਹੁਣ ਆਪਾਂ ਕੱਢੀ ਜਾਂਦੇ ਹਾਂ ਜਿਹੜੇ ਜਿਹੜੇ ਆਪਣੇ ਪੱਕ ਗਏ ਦੋਨਾਂ ਸੈੜਾਂ ਤੁਹਾਡੇ। ਹੁਣ ਆਪਾਂ ਦੂਸਰਾ ਪੂਰ ਪਾ ਲਈਏ, ਕਿਉਂਕਿ ਤੁਹਾਨੂੰ ਪਤਾ ਹਲਵਾ ਉਹਦੇ ਵਿੱਚ ਪੇਠੇ ਦੇ ਵਿੱਚ ਨਾ ਪਾਣੀ ਬਹੁਤ ਹੁੰਦਾ, ਤੇ ਇਸ ਤਰ੍ਹਾਂ ਨਾ ਆਪਾਂ ਇਹਦੇ ਉੱਤੇ ਪਾਈ ਜਾਂਦੇ ਕੋਫਤਿਆਂ ਦੇ ਉੱਤੇ। ਆ ਦੇਖੋ ਮੈਂ ਕਿਹਾ ਉੱਪਰੋਂ ਸਖਤ ਹੋ ਜਾਂਦਾ, ਜਦੋਂ ਆਪਾਂ ਥੱਲਾਂਗੇ ਨਾ ਤੇ ਟੁੱਟਣਗੇ ਨੀ। ਬੱਚੇ ਦੇਖੋ ਆ ਵੀ ਗਏ ਆ, ਦੇ ਦੋ ਮੰਮਾ ਦੇ ਦੋ, ਮੈਂ ਕਿਹਾ ਰੋਟੀਆਂ ਪਕਾਣੀਆਂ ਵਾ ਤੇ ਸਾਲਨ ਚ ਪਾਉਣੇ ਆ। ਆ ਸਾਡੇ ਕੋਫਤੇ ਹੋ ਗਏ ਨੇ ਤਿਆਰ, ਹੁਣ ਆਪਾਂ ਪਾਉਣੇ ਆ ਆ ਸ਼ੋਰਬੇ ਦੇ ਵਿੱਚ ਪਾਉਣੇ ਆ।
ਹਾਂ ਇੱਕ ਕਹਿੰਦਾ ਮੈਂ ਚੈੱਕ ਕਰਨਾ, ਹੁਣ ਪਾ ਲਈਏ ਥੋੜਾ ਜਿੰਨਾ ਧਨੀਆ। ਸਬਜ਼ੀ ਸਾਡਾ ਸਾਲਨ ਹੋ ਗਿਆ ਵਾ ਤਿਆਰ। ਦੇਖੋ ਇਹ ਸੀ ਸਾਡਾ ਅੱਜ ਦਾ ਵਲੌਗ, ਉਮੀਦ ਕਰਦੇ ਤੁਹਾਨੂੰ ਚੱਲ ਗਿਆ। ਲਾਈਕ ਕਰਿਓ, ਸ਼ੇਅਰ ਕਰਿਓ, ਕਮੈਂਟ ਕਰਿਓ, ਸਬਸਕ੍ਰਾਈਬ ਕਰਿਓ। ਅੱਲਾ ਹਾਫਿਜ਼।